ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਗੁਰਸੇਵਕ ਰਾਮਰੋਣੀ ਚੈਨਲ 'ਤੇ। ਪੰਜਾਬੀਆਂ ਪੰਜਾਬ ਵਿੱਚ ਆ, ਇਹ ਥੋੜ੍ਹੀ ਜਿਹੀ ਲਾਈਨ ਮੈਂ ਬਣਾਈ ਆ। ਸੋ ਆਪਾਂ ਛੋਟਾ ਜਿਹਾ ਟੂਰ ਕਰਨ ਚੱਲੇ ਹਾਂ, ਠੀਕ ਹੈ ਜੀ। ਸੋ ਮਿਲਦੇ ਹਾਂ, ਕੋਈ ਇੱਕ ਅੱਧੀ ਲੋਕੇਸ਼ਨ ਤੁਹਾਨੂੰ ਵਿਖਾਵਾਂਗੇ ਜਿਹੜੀ ਆਪਾਂ ਨੂੰ ਵਧੀਆ ਲੱਗੀ ਸੀ, ਅਤੇ ਆਪਾਂ ਉਹ ਦੇਖਣ ਜਾ ਰਹੇ ਹਾਂ। ਅਤੇ ਚਲੋ ਮਿਲਦੇ ਹਾਂ ਜੀ। ਹਾਂਜੀ, ਆਪਾਂ ਪਹੁੰਚ ਗਏ ਹਾਂ ਜੀ ਹਰੀਕੇ ਡੈਮ 'ਤੇ, ਦਰਿਆ ਦੇ ਪੁਲ ਜਿਹੜਾ ਆਪਣਾ ਵੱਡਾ। ਚਲੋ ਉੱਥੋਂ ਪਹੁੰਚ ਗਿਆ, ਇੱਥੇ ਟੈਂਪਰੇਚਰ ਹੋਊਗਾ, ਟੈਂਪਰੇਚਰ ਲੋਕੇਸ਼ਨ ਲੱਗੀ ਆ, ਮਤਲਬ ਯਾਰ 23-22 ਦੇ ਲਾਗੇ ਬੰਨੇ ਆ ਰੁੱਖਾਂ ਥੱਲੇ ਟੈਂਪਰੇਚਰ, ਇੰਨਾ ਜ਼ਿਆਦਾ ਕੂਲ ਹੈਗਾ। ਜਿਹੜੀ ਆਪਾਂ ਲੋਕੇਸ਼ਨ ਆਉਂਦੇ ਸੀ ਨਾ, ਵੀ ਥੋੜ੍ਹੀ ਜਿਹੀ ਲੋਕੇਸ਼ਨ 'ਤੇ ਜਾਣਾ ਵਾ, ਇੱਥੇ ਤੁਹਾਨੂੰ ਆਹ ਸਾਰੇ ਪੰਛੀ ਮਿਲਣਗੇ। ਇੱਥੇ ਲੋਕੇਸ਼ਨ ਵੀ ਵਧੀਆ, ਵੀ ਆਪਾਂ ਨੂੰ ਇੱਥੇ ਗੱਡੀ ਲਾਉਣ ਦਾ ਨਾਮ ਲੈ ਕੇ ਵੀ ਆਪਾਂ ਪੜ੍ਹਦੇ ਹਾਂ। ਡੈਮ ਸਾਰਿਆਂ ਨੂੰ ਪਤਾ ਹੀ ਆ, ਤਕਰੀਬਨ ਡੈਮ ਦੇ ਬਾਰੇ ਵੀ ਆਪਾਂ ਪਾਣੀ ਥੋੜ੍ਹਾ ਹੀ ਛੱਡਿਆ ਸੀ, ਪਰ ਨਾ ਮਾਤਰ ਜਿਹੜੀ ਗੱਲ ਨਹੀਂ ਪੁੱਲ ਨੂੰ ਘਲਾ ਰਿਹਾ ਹੁੰਦਾ ਇਹਦੇ ਉੱਤੇ, ਪੌੜੀਆਂ ਕਿਸੇ ਕੰਮ ਨੂੰ ਆਪਣੇ ਪੁੱਤਰ ਨੂੰ ਥੋੜ੍ਹੀ ਬਣਾਈਆਂ ਨਾ। ਇਹਦੇ ਬੋਲ ਜਿਹੜਾ ਮਰ ਗਿਆ ਘੁੰਮਣ ਵਾਲੀ ਲੋਕੇਸ਼ਨ ਆ, ਪਰ ਇਹ ਤੇ ਹੈਗਾ ਸੀ ਆਪਣਾ
ਤੇ ਆਖਿਆ ਕਿ ਅੰਦਰ ਮਤਲਬ ਇੰਟਰਪ੍ਰੀਟੇਸ਼ਨ ਸੈਂਟਰ ਆਪਣੀ ਵੀਡੀਓ ਚੱਲੇ ਹੈ। ਸੋ ਅੱਗੇ ਆਪਾਂ ਰਹਿਣ ਦੇ ਚਲਾਨ ਨੀ ਘਟਾਉਣਾ ਇੱਥੇ ਸੜਕ ਵਿੱਚ ਗੱਡੀ ਢੱਕ ਕੇ ਰਹਿਣ ਦੇ ਤੇਰੀ ਫੋਟੋ ਦੇ ਚੱਕਰ ਚ ਮੈਂ ਉੱਥੇ 5000 ਦਾ ਤੂੰ ਫੜ ਲਾ ਦੇ ਕੋ ਪੰਨਾ ਹੈ ਅਗਲਾ ਮੇਰੇ ਹੱਥ ਚ ਫੜਾ ਦੇ ਵੀ ਲੈ ਵੀਰ ਚੁੱਕ ਉਹਦੇ ਹੋਰ ਨੀ ਕੋ ਤੇ ਭਾਬੀ ਏਦਾਂ ਥੋੜੀ ਹੁੰਦਾ ਆ ਕਿਉਂ ਨੀ ਭਾਬੀ ਏਦਾਂ ਹੁੰਦਾ ਸਾਰਾ ਕੁਛ ਹੁੰਦਾ। ਸੋ ਅੱਗੇ ਹੈਗਾ ਜੀ ਨਾਨਕ ਸਰੀਆਂ ਦਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ। ਸੋ ਆਪਾਂ ਗੁਰਦੁਆਰਾ ਸਾਹਿਬ ਵੱਲ ਚੱਲਦੇ ਹਾਂ ਜੀ। ਚਲੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਆ ਜਾਓ। ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਿਆ ਸਾਡੇ ਇੱਥੇ ਫੁੱਲ ਜਲ ਪ੍ਰਵਾਹ ਕਰਦੇ ਹਾਂ ਜਗ੍ਹਾ ਛਾਂ ਜੇ ਮਾਰਦੇ